ਬਿਹਾਈਂਡ ਦਾ ਸੀਨ ਆ ਕੁਛ ਵੀ ਕਰਨਾ ਪੈਂਦਾ ਜੀ ਵੇਖ ਲਓ ਰਿਵਰਸ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਲਓ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ ਤੇ ਇੱਧਰ ਹਫ਼ਤੇ ਤੋਂ ਮੈਨੂੰ ਲੱਗਦਾ ਹਫ਼ਤਾ ਹੀ ਹੋ ਚੱਲਿਆ ਆ ਖਲਾਰਾ ਪਏ ਨੂੰ ਅਤੇ ਮੈਨੂੰ ਲੱਗਦਾ ਹਫ਼ਤਾ ਹੀ ਹਜੇ ਹੋਰ ਲੱਗ ਜਾਣਾ ਇਹਦੇ 'ਤੇ ਅਤੇ ਉੱਧਰ ਪ੍ਰਿੰਟਰ ਚੱਲਣ ਦਿਆ ਪਲੈਟਫਾਰਮ ਪ੍ਰਿੰਟ ਕਰਨ ਦਿਆ ਸੀ ਅਰਜਨ ਦਾ ਮੈਂ ਅਤੇ ਇੱਧਰ ਗੇਮਿੰਗ ਵੇਖਣ ਦਿਆ ਯੂਟਿਊਬ 'ਤੇ ਇਹ ਆਪਦੇ ਆਰੇ ਲੱਗਾ ਹੋਇਆ ਇੱਧਰ ਮੈਂ ਅਰਜਨ ਲਾਇਆ ਸੀ ਥੱਲੇ ਕਿਉਂਕਿ ਸਾਈਜ਼ ਵੇਖਣਾ ਸੀਗਾ ਮੈਂ ਕਿਹਾ ਵੀ ਆਹ ਅਰਜਨ ਵੀ ਸੇਮ ਹੀ ਰੱਖਾਂਗੇ ਸਾਈਜ਼ ਵਾਲਾ ਲੰਮਾ ਨਹੀਂ ਕਰਦੇ ਕਿਉਂਕਿ ਸ਼ੋਅ ਦਾ ਸਾਈਜ਼ ਇੱਕੋ ਜਿਹਾ ਹੀ ਹੈ ਠੀਕ ਆ ਅਤੇ ਉਸ ਦੇ ਨਾਲ ਜਿਹੜਾ ਉਹ ਟਰੈਕਟਰ ਹੈ ਨਾ ਉਹ ਜਿਹੜਾ ਉਹਦੇ 'ਚ ਹੋ ਸਕਦਾ ਕੁਛ ਚੇਂਜਸ ਆਪਾਂ ਨੂੰ ਕਰਨੇ ਪੈਣ ਇਨ ਫਿਊਚਰ ਅਤੇ ਜਿੱਥੋਂ ਤੱਕ ਮੇਰਾ ਆਈਡੀਆ ਨਾ ਮੈਨੂੰ ਲੱਗਦਾ ਪਿਆ ਡਿਜ਼ਾਇਨ ਵੇਖ ਕੇ ਕਿ ਜਿਹੜੇ ਟਾਇਰਾਂ ਦੀ ਨਾ ਆਰ ਪੀ ਐੱਮ ਮਿਲਣੀ ਨਹੀਂ ਗੀ ਫਰੰਟ ਵਾਲੇ ਅਤੇ ਬੈਕ ਵਾਲੇ ਟਾਇਰ ਨੇ ਜਿਹੜੇ ਜੇ 4x4 ਬਣਾਉਂਦੇ ਉਹਨੂੰ ਅਤੇ ਆਰ ਪੀ ਐੱਮ ਆਪਸ 'ਚ ਮਿਲਣੀ ਨਹੀਂ ਕਿਉਂਕਿ ਉਹਦੇ ਵਿੱਚ ਜਿਹੜਾ ਰਿਡਕਸ਼ਨ ਸਿਸਟਮ ਲਾਇਆ ਨਾ ਜਿਵੇਂ ਗੇਅਰ ਬੋਕਸ ਦੀ ਆਰ ਪੀ ਐੱਮ ਜ਼ਿਆਦਾ ਹੋ ਗਈ ਹੈ ਅਤੇ ਜਿਹੜੀ ਆਪਾਂ ਸ਼ਾਫਟ ਕੱਢਣੀ ਹੈ ਫਰੰਟ ਵਾਲੇ ਐਕਸਲ ਵਾਸਤੇ ਉਹਦੀ ਆਰ ਪੀ ਐੱਮ ਵੀ ਫਿਰ ਬਾਹਲੀ ਜ਼ਿਆਦਾ ਹੋਊਗੀ ਜਾਂ ਤਾਂ ਫਰੰਟ 'ਤੇ ਮੈਂ ਬਾਹਲੇ ਨਿੱਕੇ ਟਾਇਰ ਪਾਵਾਂ ਅਤੇ ਇਦੋਂ ਨਿੱਕੇ ਟਾਇਰ ਮੈਂ ਕਰ ਨਹੀਂ ਸਕਦਾ ਜਿਹੜੇ ਪਾਏ ਹੋਏ ਨੇ ਠੀਕ ਹੈ ਇਦੋਂ ਨਿੱਕੇ ਪਾਊਂਗਾ ਅਤੇ ਗਰਾਊਂਡ ਕਲੀਅਰੈਂਸ ਘੱਟ ਜੂ ਫਰੰਟ ਦਾ ਅਤੇ ਐਡੇ ਵੱਡੇ ਟਾਇਰਾਂ 'ਚ ਮੈਨੂੰ ਲੱਗਦਾ ਚੱਲਣਾ ਨਹੀਂ ਗਾ ਬਾਕੀ ਹਜੇ 50-50 ਹੈ ਕਿਉਂਕਿ ਇੱਕ ਵਾਰੀ ਮੈਂ ਪੰਗਾ ਲੈ ਕੇ ਵੇਖਾਂਗਾ ਜ਼ਰੂਰ 4x4 ਵਾਲਾ ਗੇਅਰ ਲਾ ਕੇ ਠੀਕ ਹੈ ਫਰੰਟ 'ਤੇ ਐਕਸਲ ਲਾ ਕੇ ਦੇਖਾਂਗਾ ਵੀ ਕਿੰਨਾ ਕੁ ਫਰਕ ਹੈ ਚੱਕਰਾਂ ਦਾ ਜੇ ਤਾਂ ਕੋਈ ਜ਼ਿਆਦਾ ਖਾਸ ਨਾ ਹੋਏ 19 ਦਾ ਫਰਕ ਹੋਇਆ ਫਿਰ ਤਾਂ ਚਲਾ ਦਾਂਗੇ ਅਤੇ ਜੇ ਬਾਹਲਾ ਹੀ ਫਰਕ ਪੈ ਗਿਆ ਤਾਂ ਫਿਰ ਸਮੱਸਿਆ ਹੋ ਜੂਗੀ ਫਿਰ ਆਪਾਂ 4x4 ਨਹੀਂ ਬਣਾ ਸਕਦੇ ਉਹਨੂੰ ਬਾਕੀ ਚਲੋ ਕੋਈ ਨਹੀਂ ਦੇਖਦੇ ਹਾਂ ਕਰਾਂਗੇ ਕੁਛ ਨਾ ਕੁਛ ਤਾਂ ਕੋਈ ਨਾ ਕੋਈ ਜਗਾੜ ਤਾਂ ਲਾਵਾਂਗੇ ਹੁਣ ਸਟਾਰਟ ਕੀਤਾ ਜੇ ਅਤੇ ਉਸ ਦੇ ਨਾਲ ਆਪਣੇ ਨਿਊ ਹੋਲੈਂਡ ਦਾ ਜਿਹੜਾ ਡਰਾਈਵਰ ਹੈ ਸਹਿਜ ਸਿੰਘ ਨੇ ਪੇਂਟ ਤਾਂ ਕਰਤਾ ਸੀ ਪਰ ਨਾ ਪੇਂਟ ਥੋੜ੍ਹਾ ਜਿਹਾ ਜਿਵੇਂ ਗੜਬੜ ਜਿਹੀ ਕਰਤੀ ਬਾਕੀ ਕੋਈ ਚੱਕਰ ਨਹੀਂ ਹੈ ਇਹਨੂੰ ਮੈਂ ਸੈੱਟ ਕਰ ਲਾਂਗਾ ਆ ਪੇਂਟ ਰਿਮੂਵਰ ਨਾਲ ਨਾ ਐਕਸਟਰਾ ਪੇਂਟ ਜਿਹੜਾ ਸਾਰਾ ਰਿਮੂਵ ਕਰ ਲਾਂਗੇ ਆਪਾਂ ਠੀਕ ਆ ਥੋੜ੍ਹਾ ਜਿਹਾ ਹੈਗਾ ਕੰਮ ਕਰਨ ਵਾਲਾ ਉਹ ਕਰਕੇ ਅਤੇ ਫਿਰ ਰੱਖਦੇ ਹਾਂ ਡਰਾਈਵਰ ਨੂੰ ਨਿਊ ਹੋਲੈਂਡ 'ਤੇ ਠੀਕ ਆ ਮੁੰਡਿਓ ਅਤੇ ਉਸ ਦੇ ਨਾਲ ਹੀ ਦੂਜੀ ਵੀਡੀਓ ਵੀ ਮੈਂ ਸਟਾਰਟ ਕਰਦਾ ਵਾਂ ਪਲੈਟਫਾਰਮ ਪ੍ਰਿੰਟ ਹੋਣ 'ਚ ਮੈਨੂੰ ਲੱਗਦਾ 3 ਘੰਟੇ ਲੱਗਣਗੇ ਅਤੇ ਉਧਰੋਂ ਹੋਲੈਂਡ ਦੇ ਟਾਇਰ ਵੀ ਰਾਤ ਪ੍ਰਿੰਟ ਕਰਤੇ ਸੀਗੇ ਮੈਂ ਉਹ ਵੀ ਉਸੇ ਵੀਡੀਓ 'ਚ ਤੁਹਾਨੂੰ ਪਤਾ ਲੱਗ ਜੂਗਾ ਠੀਕ ਹੈ ਹੁਣ ਇੱਕ ਮੈਂ ਸ਼ੂਟਿੰਗ ਸਟਾਰਟ ਕਰਦਾ ਹੁੰਦੀ ਅਤੇ ਬਾਹਰ ਦਾ ਮੌਸਮ ਵੀ ਥੋੜ੍ਹਾ ਚਿਰ ਰੁੱਕ ਹੀ ਵੇਖਦੇ ਹਾਂ ਆਹ ਦੇਖੋ ਮੁੰਡਿਓ ਰਾਤ ਵੀਲ ਡਿਜ਼ਾਇਨ ਕਰਕੇ ਪ੍ਰਿੰਟ ਕਰ ਲਏ ਸੀ ਮੈਂ ਆਪਣੇ ਨਿਊ ਹੋਲੈਂਡ ਦੇ ਠੀਕ ਆ ਅਤੇ ਆਹ ਟਾਇਰ ਵੀ ਪ੍ਰਿੰਟ ਹੋ ਗਿਆ ਸੀ ਪਰ ਨਾ ਆਹ ਗੜਬੜ ਹੈ ਟਾਇਰ ਦੇ ਵਿੱਚ ਆਹ ਦੇਖੋ ਲੇਅਰ ਛੱਡੀ ਹੋਈ ਹੈ ਕਾਫੀ ਥਾਵਾਂ ਤੋਂ ਅਤੇ ਇਹਦਾ ਹੱਲ ਕਰਦੇ ਹਾਂ ਸੋਲਡਰਿੰਗ ਆਇਰਨ ਨਾਲ ਨਾ ਗਰਮ ਕਰਕੇ ਸਾਰੀ ਫਿਲਾਮੈਂਟ ਅਤੇ ਇਹਦਾ ਪੱਕਾ ਪੈਂਚਰ ਲਾ ਦੇਣੇ ਇਹ ਆਪਣੇ ਸਾਰੇ ਟਾਇਰਾਂ 'ਚ ਹੀ ਇਹ ਦਿੱਕਤ ਆਉਂਦੀ ਹੈ ਕਿਉਂਕਿ ਆਪਾਂ ਟਾਇਰ ਜਿਹੜੇ ਅੰਦਰੋਂ ਬਿਲਕੁਲ ਖਾਲੀ ਰੱਖਦੇ ਹਾਂ ਇਨਫਿਲ ਨਹੀਂ ਕਰਦੇ ਜੀਰੋ ਹੁੰਦੀ ਇਨਫਿਲ ਇਸ ਕਰਕੇ ਉੱਤੇ ਜੇ ਆ ਕੇ ਜਿਵੇਂ ਦਰਾਰਾਂ ਦੀਆਂ ਪਾਟਣ ਲੱਗ ਪੈਂਦੀਆਂ ਉਹ ਕੋਈ ਚੱਕਰ ਨਹੀਂ ਗਾ ਹੋਲੈਂਡ ਦੀ ਆਪਣੇ ਕੋਲ ਸ਼ੋਅ ਕਿਤੇ ਵੀ ਬਣੀ ਨਹੀਂ ਪਈ A to Z ਸਾਰੀ ਨਵੀਂ ਬਣਾਉਣੀ ਹੈ ਅਤੇ ਮੇਰਾ ਪਲੈਨ ਹੈ ਕਿ ਸੇਮ ਆਹ ਹੀ ਸਾਈਜ਼ ਰੱਖਣਾ ਆਹ ਹੀ ਬੋਡੀ ਯੂਜ਼ ਕਰਨੀ ਇੱਦਾਂ ਹੀ ਠੀਕ ਆ ਐਵੇਂ ਸਾਰਾ ਚੱਕ ਲੈਣਾ ਬਸ ਕੰਪਿਊਟਰ 'ਚ ਫਾਈਲ ਸੇਵ ਪਈ ਹੋਈ ਹੈ ਐਵੇਂ ਡਿਟੋ ਪ੍ਰਿੰਟ ਕਰਨੀ ਸਟਾਰਟ ਕਰ ਦੇਣੀ ਹੈ ਠੀਕ ਆ ਬਾਕੀ ਉਹ ਦੂਜੀ ਵੀਡੀਓ ਸ਼ੂਟ ਕਰਾਂਗੇ ਉਹਦੇ ਤੁਹਾਨੂੰ ਪ੍ਰੋਪਰ ਪਤਾ ਲੱਗ ਜੂਗਾ ਠੀਕ ਆ ਅਤੇ ਬਾਹਰ ਦਾ ਮੌਸਮ ਗਿਆ ਹੁਣ ਕਰਦੇ ਹਾਂ ਵਲੌਗ ਕੰਟੀਨਿਊ ਕਿਉਂਕਿ ਸਵੇਰ ਦਾ ਬਸ ਇਹਨਾਂ ਟਰੈਕਟਰਾਂ 'ਤੇ ਲੱਗਾ ਹੋਇਆ ਮੈਂ ਨਾਲੇ ਇਹਨਾਂ ਦੀ ਵੀਡੀਓ ਸ਼ੂਟ ਕਰਨ ਦਿਆਂ ਵਾਂ ਅਤੇ ਨਾਲੇ ਨਿੱਕੇ ਨਿੱਕੇ ਪਾਰਟ ਇਹਨਾਂ 'ਚ ਕਾਫੀ ਨੇ ਡਿਜ਼ਾਇਨ ਕਰਨ ਵਾਲੇ ਠੀਕ ਆ ਛੋਟੇ ਛੋਟੇ ਪਾਰਟ ਨੇ ਹੁਣ ਜਿਵੇਂ ਆਹ ਇੱਕ ਪਾਰਟ ਹੈ ਇਹ ਡਿਜ਼ਾਇਨ ਕੀਤਾ ਸੀ ਇਹਦੇ ਵਾਸਤੇ ਪ੍ਰਿੰਟ ਵੀ ਕਰ ਲਿਆ ਹੁਣ ਫਿੱਟ ਕਰਕੇ ਦੇਖਿਆ ਅਤੇ ਥੋੜ੍ਹਾ ਜਿਹਾ ਛੋਟਾ ਰਹਿ ਗਿਆ ਹੁਣ ਦੁਬਾਰੇ ਡਿਜ਼ਾਇਨ ਕਰਕੇ ਅਤੇ ਦੁਬਾਰੇ ਹੁਣ ਪ੍ਰਿੰਟ ਕਰਨਾ ਲਾਇਆ ਹੋਇਆ ਠੀਕ ਹੈ ਆਹ ਟਰੈਕਟਰ ਦੀ ਹੁੱਕ ਸੀਗੀ ਪਹਿਲਾਂ ਪ੍ਰਿੰਟ ਕੀਤੀ ਅਤੇ ਆ ਵਿੱਚ ਪਤਾ ਨਹੀਂ ਕੀ ਦਿੱਕਤ ਆ ਗਈ ਪ੍ਰਿੰਟਰ 'ਚ ਕੋਈ ਦਿੱਕਤ ਆ ਗਈ ਜਿਹੜੀ ਮੋਟਰ ਸੀਗੀ ਉਹ ਟ੍ਰਿਪ ਕਰ ਗਈ ਵਿੱਚੋਂ ਅਤੇ ਜਿਹੜੀ ਮੋਟਰ ਸੀ ਨਾ ਉਹਦੇ 'ਚ ਕੋਈ ਜਿਵੇਂ ਪਤਾ ਨਹੀਂ ਬੈਲਟ ਅਤੇ ਪ੍ਰਿੰਟਰ ਦੀ ਨਾ ਜਿਹੜੀ ਲਓ ਵੀ ਮੁੰਡੇ ਉਹ ਟਾਈਮ ਮੌਕੇ 'ਤੇ 4 ਵੱਜ ਗਿਆ ਹੁਣ ਕਰਦੇ ਹਾਂ ਵਲੌਗ ਕੰਟੀਨਿਊ ਕਿਉਂਕਿ ਸਵੇਰ ਦਾ ਬਸ ਇਹਨਾਂ ਟਰੈਕਟਰਾਂ 'ਤੇ ਲੱਗਾ ਹੋਇਆ ਮੈਂ ਨਾਲੇ ਇਹਨਾਂ ਦੀ ਵੀਡੀਓ ਸ਼ੂਟ ਕਰਨ ਦਿਆਂ ਵਾਂ ਅਤੇ ਨਾਲੇ ਨਿੱਕੇ ਨਿੱਕੇ ਪਾਰਟ ਇਹਨਾਂ 'ਚ ਕਾਫੀ ਨੇ ਡਿਜ਼ਾਇਨ ਕਰਨ ਵਾਲੇ ਠੀਕ ਆ ਛੋਟੇ ਛੋਟੇ ਪਾਰਟ ਨੇ ਹੁਣ ਜਿਵੇਂ ਆਹ ਇੱਕ ਪਾਰਟ ਹੈ ਇਹ ਡਿਜ਼ਾਇਨ ਕੀਤਾ ਸੀ ਇਹਦੇ ਵਾਸਤੇ ਪ੍ਰਿੰਟ ਵੀ ਕਰ ਲਿਆ ਹੁਣ ਫਿੱਟ ਕਰਕੇ ਦੇਖਿਆ ਅਤੇ ਥੋੜ੍ਹਾ ਜਿਹਾ ਛੋਟਾ ਰਹਿ ਗਿਆ ਹੁਣ ਦੁਬਾਰੇ ਡਿਜ਼ਾਇਨ ਕਰਕੇ ਅਤੇ ਦੁਬਾਰੇ ਹੁਣ ਪ੍ਰਿੰਟ ਕਰਨਾ ਲਾਇਆ ਹੋਇਆ ਠੀਕ ਹੈ ਆਹ ਟਰੈਕਟਰ ਦੀ ਹੁੱਕ ਸੀਗੀ ਪਹਿਲਾਂ ਪ੍ਰਿੰਟ ਕੀਤੀ ਅਤੇ ਆ ਵਿੱਚ ਪਤਾ ਨਹੀਂ ਕੀ ਦਿੱਕਤ ਆ ਗਈ ਪ੍ਰਿੰਟਰ 'ਚ ਕੋਈ ਦਿੱਕਤ ਆ ਗਈ ਪ੍ਰਿੰਟਰ ਦੀ ਨਾ ਜਿਹੜੀ ਮੋਟਰ ਸੀਗੀ ਉਹਦੇ ਤੋਂ ਬੈਲਟ ਲੂਜ਼ ਹੋ ਗਈ
ਤੇ ਵੇਖੋ 1 mm ਇੱਧਰ ਨੂੰ ਤੁਰ ਪਿਆ ਸੀਗਾ ਪ੍ਰਿੰਟ, ਉਦੋਂ ਮੈਂ ਧਿਆਨ ਨਹੀਂ ਦਿੱਤਾ ਸਟਾਰਟਿੰਗ 'ਚ, ਜਦੋਂ ਪੂਰਾ ਪ੍ਰਿੰਟ ਹੋ ਗਿਆ ਉਦੋਂ ਬਾਅਦ ਵੇਖਿਆ ਵੀ ਇਹ ਗੜਬੜ ਹੋ ਗਈ, ਫਿਰ ਇਹ ਵੀ ਦੁਬਾਰਾ ਪ੍ਰਿੰਟ ਕੀਤਾ। ਅਤੇ ਉਸ ਤੋਂ ਇਲਾਵਾ ਇੱਧਰ ਡਿਜ਼ਾਇਨਿੰਗ ਵਾਲਾ ਕੰਮ ਚੱਲਣ ਹੀ ਦਿਆ, ਜਿਵੇਂ ਜਿਵੇਂ ਸਮਝ ਆਈ ਜਾਂਦੀ ਹੈ ਵੀ ਕੀ ਕੁਛ ਚਾਹੀਦਾ ਆਪਾਂ ਨੂੰ ਪਾਰਟ, ਉਵੇਂ ਉਵੇਂ ਮੈਂ ਡਿਜ਼ਾਇਨ ਕਰੀ ਜਾਂਦਾ ਅਤੇ ਉਵੇਂ ਨਾਲ ਦੀ ਨਾਲ ਪ੍ਰਿੰਟ ਕਰੀ ਜਾਂਦਾ। ਠੀਕ ਆ, ਉਸ ਦੇ ਨਾਲ ਨਿਊ ਹੋਲੈਂਡ ਵਾਲੀ ਜਿਹੜੀ ਸ਼ੋਅ ਹੈ ਜਿਹੜੀ ਆਪਾਂ ਉਹ ਨਿਊ ਹੋਲੈਂਡ ਵਾਸਤੇ ਪ੍ਰਿੰਟ ਕੀਤੀ ਸੀਗੀ, ਉਹਦੇ ਨਾਲ ਦੀ ਸ਼ੋਅ ਇੱਕ ਹੋਰ ਵੀ ਪ੍ਰਿੰਟ ਕਰਨੀ, ਉਹਦੇ ਥੋੜ੍ਹੇ ਸੁਧਾਰ ਕਰਨੇ ਸੀ ਉਹ ਕਰਨ ਦਿਆ ਸੀਗਾ। ਬਸ ਅਤੇ ਬਸ ਇਹਨਾਂ ਕੰਮਾਂ 'ਚ ਲੰਘ ਚਲਾ ਅੱਜ ਦਾ ਦਿਨ ਆਪਣਾ। ਅਤੇ ਬਾਹਰ ਦਾ ਮੌਸਮ ਤੁਹਾਨੂੰ ਵਿਖਾਈ ਦੇਣਾ, ਠੀਕ ਹੈ, ਥੋੜ੍ਹੀ ਥੋੜ੍ਹੀ ਹਵਾ ਵਗਣ ਦਈ ਹੈ, ਬੱਦਲ ਹੈ ਨਹੀਂ ਗਾ ਅੱਜ, ਧੁੱਪ ਵਧੀਆ ਨਿਕਲੀ ਹੋਈ ਹੈ। ਦੇਖੋ ਸ਼ਾਮ ਤੱਕ ਜੇ ਜ਼ਿਆਦਾ ਹਵਾ ਨਾ ਵਗੀ ਤਾਂ ਸ਼ਾਮ ਨੂੰ ਫਿਰ ਆਪਾਂ ਵੀਡੀਓ ਸ਼ੂਟ ਵੀ ਕਰਾਂਗੇ। ਇਸ ਵਾਰੀ ਆਪਾਂ ਸ਼ੂਟ ਕਰਾਂਗੇ ਗੋਪੀ ਵਾਲੇ ਝੋਟੇ ਨਾਲ ਵੀਡੀਓ। ਗੋਪੀ ਦੀ ਸਪੈਸ਼ਲ ਡਿਮਾਂਡ ਆਈ ਸੀਗੀ, ਕਹਿੰਦਾ ਅਸੀਂ ਟਰੈਕਟਰ ਤਿਆਰ ਕਰਕੇ ਖਿਲਾਰ ਛੱਡਿਆ, ਵੀਡੀਓ ਕੋਈ ਸ਼ੂਟ ਕੀਤੀ ਨਹੀਂ ਉਹਦੇ ਨਾਲ, ਮੈਂ ਕਿਹਾ ਚੱਲ ਕੋਈ ਨਹੀਂ ਵੀਡੀਓ ਸ਼ੂਟ ਕਰਾਂਗੇ, ਦੇਖਦੇ ਹਾਂ ਅੱਜ ਸ਼ਾਮ ਨੂੰ ਕਰਦੇ ਹਾਂ ਵੀਡੀਓ ਸ਼ੂਟ। ਅਤੇ ਲਓ ਵੀ ਮੁੰਡੇ ਉਹ ਹੀ ਕੰਮ ਹੋਇਆ ਜਿਹਦੇ ਤੋਂ ਮੈਂ ਡਰਦਾ ਸੀ, ਚਾਲ ਨਹੀਂ ਰਲੀ ਟਰੈਕਟਰ ਦੀ, ਕਿੰਨੀ ਕੁ ਨਹੀਂ ਰਲੀ, ਕਿੰਨਾ ਫਰਕ ਹੈ RPM ਦਾ, ਉਹ ਸਾਰਾ ਤੁਹਾਨੂੰ ਦੂਜੀ ਵੀਡੀਓ 'ਚ ਵੇਖਣ ਨੂੰ ਮਿਲ ਜੂਗਾ। ਠੀਕ ਹੈ, ਉਹਦੇ ਮੈਂ ਡਿਟੇਲ 'ਚ ਦੱਸਿਆ ਹੋਇਆ, ਅਤੇ 70% ਚਾਂਸ ਹੈਗੇ ਨੇ ਕਿ ਠੀਕ ਹੋ ਜੂਗਾ, ਵੀ ਮੈਂ ਸੋਚਣ ਹੀ ਗਿਆ ਸੀ। ਹੁਣ ਬਸ ਜਦੋਂ ਮੈਂ ਇਹ ਪ੍ਰੋਬਲਮ ਵੇਖੀ ਆ, ਉਦੋਂ ਬਾਅਦ ਇਹਨੇ ਸਲਿਊਸ਼ਨ 'ਤੇ ਲੱਗਾ ਹੋਇਆ ਮੈਂ ਕਿ ਕਿਸੇ ਤਰੀਕੇ ਨਾਲ ਸੋਲਵ ਹੋ ਜਾਵੇ ਪ੍ਰੋਬਲਮ, ਅਤੇ ਮੈਨੂੰ ਲੱਗਦਾ ਵੀ ਹੋ ਜਾਊਗੀ, 70% ਚਾਂਸ ਹੈਗੇ ਨੇ। ਉਹਦੇ 'ਤੇ ਆਪਾਂ ਸ਼ਾਮ ਜਿਹਨੂੰ ਕੰਮ ਕਰਾਂਗੇ, ਮੈਂ ਦੇਖਦਾ ਵਾਂ। ਅਤੇ ਉਸ ਦੇ ਨਾਲ ਅਰਜਨ ਦਾ ਵੀ ਕੰਮ ਚੱਲਣ ਹੀ ਗਿਆ, ਠੀਕ ਹੈ, ਫਰੰਟ ਵਾਲੀ ਜਿਹੜੀ ਬੋਡੀ ਆ ਉਹ ਫਿੱਟ ਕਰਤੀ ਹੈ, ਅਤੇ ਹੁਣ ਇਹਦੇ ਟਾਇਰ ਲੱਭਦੇ ਹਾਂ। ਟਾਇਰ ਮੇਰਾ ਪਲੈਨ ਹੈ ਕਿ ਆਪਾਂ ਇਹਨੂੰ ਹੋਲੈਂਡ ਵਾਲੇ ਪਾ ਦਿੰਦੇ ਹਾਂ, ਹੋਲੈਂਡ ਕਿੱਥੇ ਹੋ ਰਿਹਾ, ਪਹਿਲਾਂ ਜਿਹੜੇ ਹੋਲੈਂਡ ਨੂੰ ਟਾਇਰ ਪਾਏ ਹੋਏ ਸੀ ਨਾ ਉਹ ਪਾ ਦੇਣੇ ਇੱਕ ਵਾਰੀ, ਪਰਮਾਨੈਂਟ ਨਹੀਂ ਟੈਂਪਰੇਰੀ। ਠੀਕ ਆ, ਅਤੇ ਐਕਸਲ ਵੀ ਹਜੇ ਪ੍ਰਿੰਟ ਕਰਨਾ ਫਰੰਟ ਵਾਲਾ, ਇਹ ਕੰਮ ਰਹਿੰਦੇ ਨੇ ਕਰਨ ਵਾਲੇ। ਅਤੇ ਉਸ ਦੇ ਨਾਲ ਜਿਹੜਾ ਨਿਊ ਹੋਲੈਂਡ ਹੈ ਉਹਦਾ ਗੇਅਰ ਬੋਕਸ ਫੁੱਲ ਰੇਡੀ ਹੈ, ਠੀਕ ਹੈ, ਪਿਛਲਾ ਹਿੱਸਾ ਸਾਰਾ ਤਿਆਰ ਹੈ, ਬਸ ਹੁਣ ਅਗਲੇ 'ਤੇ ਕੰਮ ਸਟਾਰਟ ਕਰਨਾ ਹੈ। ਸੇਮ ਉਹੀ ਅਰਜਨ ਵਾਲਾ ਸਿਸਟਮ ਹੈ ਵੀ ਜਿੰਨਾ ਅਰਜਨ ਦਾ ਕੰਮ ਹੋ ਗਿਆ ਉਨਾ ਹੀ ਹੋਲੈਂਡ ਦਾ ਹੋ ਗਿਆ, ਬਸ ਹੋਲੈਂਡ ਥੋੜ੍ਹਾ ਜਿਹਾ ਪਿੱਛੇ ਚੱਲਣ ਦਿਆ ਵੀ ਉਹਦੇ 'ਤੇ ਸ਼ੋਅ ਨਹੀਂ ਲੱਗੀ। ਅਤੇ ਹੁਣ ਪਲੈਨ ਹੈ ਇੱਕ ਵੀਡੀਓ ਸ਼ੂਟ ਕਰਨ ਦਾ, ਅਤੇ ਵੀਡੀਓ ਸ਼ੂਟ ਕਰਾਂਗੇ ਗੋਪੀ ਵਾਲੇ ਝੋਟੇ ਨਾਲ। ਸਹਿਜ ਟਰੈਕਟਰ ਥੱਲੇ ਲਾ, ਥੱਲੋਂ ਫੜੀ, ਉੱਤੋਂ ਨਾ ਫੜੀ, ਛੱਤਰੀ ਤੋਂ ਥੱਲ ਜਮਾਂ ਥੱਲੇ ਹੱਥ ਪਾ, ਥੱਲੋਂ ਦੀ ਐਕਸਲ ਨੂੰ, ਹਾਂ ਐਂ ਖਿੱਚ ਲਾ ਪਹਿਲਾਂ, ਹਾਂ ਥੱਲੇ ਹੱਥ ਪਾ ਕੇ ਲਾਈ, ਖਿੰਡ ਜਾਂਦਾ ਨਹੀਂ ਤਾਂ। ਉੱਧਰ ਮੈਂ ਸਨਬੋਰਡ ਤੋਂ ਚੱਕਿਆ, ਸਨਬੋਰਡ ਤੋਂ ਕਹਿੰਦੇ ਛਤਰੀ ਤੋਂ ਚੱਕਿਆ, ਛਤਰੀ ਸਨਬੋਰਡ ਦੀ ਸੀਗੀ, ਥੱਲੇ ਡਿੱਗਿਆ, ਸਾਰੇ ਟੁਕੜੇ ਟੁਕੜੇ ਹੋ ਗਏ। ਪਰ ਇੰਨਾ ਵੀ ਟਾਈਮ ਨਹੀਂ ਜ਼ਿਆਦਾ ਲੱਗਾ, 5 ਮਿੰਟਾਂ 'ਚ ਅਸੈਂਬਲ ਕਰ ਲਿਆ ਸੀ ਮੈਂ ਵਾਪਸ। ਇਹਦੇ ਨਾਲ ਆਪਾਂ ਵੇਟ ਅੱਗੇ ਪਾਉਣਾ ਹੈ, ਅਤੇ ਸਮਾਨ ਲੱਭਦੇ ਹਾਂ ਇਹਨੂੰ ਕੱਢ ਲਾ, ਹਾਂ ਹਾਂ ਇਹਦੇ ਵਿੱਚ ਵੇਟ ਪਾਉਣਾ, ਇੱਧਰ ਆ ਪਹਿਲਾਂ ਤਾਂ, ਆਹ ਦੇਖ ਇੱਥੇ ਮੇਰੇ ਕੋਲ ਟੁਕੜੇ ਪਏ ਨੇ, ਇਹਨਾਂ 'ਚ ਕੁਛ ਪੈਂਦਾ ਨਾ ਇਹਦੇ ਵਿੱਚ, ਅਤੇ ਆਪਾਂ ਆਹ ਵੇਟ ਵੇਖ ਪਾ ਕੇ ਇਹਦੇ ਵਿੱਚ ਲਿਆਈ, ਇੱਧਰ ਉਹਨੂੰ ਲਿਆ, ਜਾਂ ਪੂਰਾ ਹੀ ਫਿੱਟ ਆ ਜੇ, ਕਾਫੀ ਵਜਨ ਆ ਇਹਦਾ ਟੁਕੜੇ ਦਾ, ਵੇਖੀ ਧਰ ਕੇ ਵਿੱਚ ਇਹਦੇ, ਨਹੀਂ ਤਾਂ ਆਹ ਹੈਗਾ ਇਹਦੇ ਨਾਲ ਕੱਟ ਲਾਂਗੇ ਕੋਈ ਟੁਕੜਾ, ਸਿੱਧਾ ਆ ਗਿਆ ਨਾ, ਵੈਸੇ ਤਾਂ ਹੋਰ ਵੀ ਆਊ ਵਜਨ ਇਹਦੇ 'ਚ ਨਾ, ਇੰਨੇ ਗੁਣਾ ਸਰਨਾ ਨਹੀਂ, ਹਾਂ ਪਤਲੀਆਂ ਪਤਲੀਆਂ ਪਿੰਨਾਂ ਗੀ, ਹਾਂ ਇਹਨੂੰ ਰੱਖ, ਇਹਨੂੰ ਕਰੀਏ ਐਡਜਸਟ, ਆਪਾਂ ਸਿਰਫ ਇੱਕ ਵਾਰੀ ਟੈਂਪਰੇਰੀ ਕਰਨਾ, ਵੈਸੇ ਤਾਂ ਇਹਦੇ ਵਾਸਤੇ ਪ੍ਰੋਪਰ ਮੈਂ ਕਟਿੰਗ ਕਰਾਂਗਾ, ਪਰ ਹੁਣ ਆਪਾਂ ਵੀਡੀਓ ਸ਼ੂਟ ਕਰਨੀ ਹੈ ਤਾਂ ਟਰੈਕਟਰ ਮੁੜਨਾ ਨਹੀਂ ਜੇ ਅੱਗੇ ਵਜਨ ਨਾ ਹੋਇਆ। ਵੈਸੇ ਤਾਂ ਚਲੋ ਜੇ ਜ਼ਰੂਰਤ ਪਈ ਆਪਾਂ ਹੋਰ ਵੀ ਵਜਨ ਅੱਗੇ ਲਾ ਦਾਂਗੇ, ਪਰ ਜਿਹੜਾ ਬੰਪਰ ਦੇ ਵਿੱਚ ਹੋ ਜੇ ਚੰਗਾ ਹੀ ਹੈ। ਅਤੇ ਸ਼ੂਟ ਕਰਦੇ ਹਾਂ ਅੱਜ, ਸ਼ੂਟਿੰਗ ਦਾ ਕੁਝ ਪੱਕਾ ਨਹੀਂ ਗਾ, ਬਸ ਇੱਦਾਂ ਹੀ ਰੈਂਡਮ ਜਿਹਾ ਚਲਾ ਲਾਂਗੇ, ਟਰਾਲਾ ਟਰੂਲਾ ਪਾ ਲੈਂਦੇ ਹਾਂ, ਇਹ ਤਾਂ ਧੁੱਪ ਹੈ ਨਹੀਂ ਇੱਥੇ, ਆਪਾਂ ਹਵੇਲੀ 'ਤੇ ਵੀ ਕੰਮ ਕਰਨਾ ਸੀ ਅੱਜ, ਫਿਰ ਰਹਿ ਗਿਆ, ਕੱਲ੍ਹ ਚੇਤਾ ਰੱਖੀ ਆਪਾਂ ਕੰਮ ਕਰਾਂਗੇ। ਠੀਕ ਹੈ, ਉਤਲਾ ਪੋਰਸ਼ਨ ਠੀਕ ਕਰਦੇ ਹਾਂ ਸਾਰਾ ਕੱਲ੍ਹ, ਮੇਰਾ ਹੁਣ ਪੂਰਾ ਧਿਆਨ ਟਰੈਕਟਰ ਨਾਲ ਹੋਇਆ ਪਿਆ, ਤਾਂ ਇੱਧਰ ਬਿਲਕੁਲ ਇੰਨੀ ਟਾਈਮ ਲੱਗਣ ਦਿਆ। ਠੀਕ ਆ, ਓਕੇ ਆ, ਧੁੱਪ ਤਾਪ ਜਮਾਂ ਸੈੱਟ ਹੈ। ਉਹ ਅਰਜਨ ਚੱਲਣ ਦੇ ਆਪਣੇ ਵਾਲਾ ਹੈ ਨਾ, ਆਪਣੇ ਵਾਲਾ ਹੀ ਹੈ, ਘਰੋਂ ਗਿਆ ਕਦੋਂ ਮੈਨੂੰ ਤਾਂ ਇਹ ਨਹੀਂ ਪਤਾ ਲੱਗਾ, ਪਹਿਲਾਂ ਘਰੋਂ ਟਰੈਕਟਰ ਸਟਾਰਟ ਹੋ ਕੇ ਤੁਰ ਗਿਆ ਤਾਂ ਮੈਨੂੰ ਪਤਾ ਹੀ ਨਹੀਂ ਲੱਗਾ ਵੀ ਘਰੇ ਟਰੈਕਟਰ ਹੈ ਨਹੀਂ ਆ, ਅਤੇ ਉਹਦੀ ਆਵਾਜ਼ ਵੀ ਇਹ ਨਹੀਂ ਵੀ ਸਾਈਲੈਂਟ, ਵੀ ਪਤਾ ਹੀ ਨਹੀਂ ਲੱਗਦਾ, ਜਿਹੜਾ ਇੱਥੋਂ ਦਾ ਆਵਾਜ਼ ਸੁਣਦੀ ਹੁਣ ਤੁਹਾਨੂੰ ਪਤਾ ਨਹੀਂ ਸੁਣਦੀ ਹੈ ਕਿ ਨਹੀਂ, ਇਹਦਾ ਵੀ ਕਰਨਾ ਹੈ ਸਗੋਂ ਸਲੰਸਰ ਵਾਲਾ ਵਿਗਾੜ ਦੇਣਾ ਸੈੱਟ ਕਰਨਾ ਹੈ, ਆਵਾਜ਼ ਐਵੇਂ ਫੜ 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 ਵਾਲੀ ਕਰਨ ਲੱਗ ਪਿਆ, ਫੁੱਲ ਲਾਊਡ ਕਰਾਂਗੇ ਆਪਾਂ।
ਚੱਲ 10 ਮਿੰਟ ਮੈਂ ਟਰੈਕਟਰਾਂ ਦੇ ਮੱਥਾ ਮਾਰਦਾ ਵਾਂ, ਟਾਇਰ ਟੂਰ ਲੱਭ ਲਾਂ, ਫਿਰ ਵਾਰ ਆ ਕੇ ਸ਼ੂਟਿੰਗ ਕਰਦੇ ਹਾਂ ਆਪਾਂ, ਠੀਕ ਆ। ਟਾਇਰਾਂ ਵਾਲਾ ਡੱਬਾ ਕੱਢ ਯਾਰ, ਤੇਰਾ ਹੱਥ ਵਾਵਾ ਪਹੁੰਚ ਜੂਗਾ ਡੱਬੇ ਤੱਕ। ਆਹ ਪਹਿਲਾਂ ਹੀ ਪਹਿਲੇ, ਹਾਂ ਫਸਟ ਵਾਲੇ ਜਾਂਦੇ ਜੀ ਹੈਗਾ। ਚੌੜੇ ਟਾਇਰ ਲੱਭ ਉੱਤੇ ਹੋਣੇ ਪਹਿਲੀ ਗੱਲ ਤਾਂ ਯਾਰ, ਉੱਦਾਂ ਨਹੀਂ ਰੱਖੇ ਜੇ ਆਪਾਂ, ਕਿਉਂ ਕਿਸੇ ਹੋਰ ਟਰੈਕਟਰ ਨੂੰ ਤਾਂ ਨਹੀਂ ਪਾਤੇ ਯਾਰ ਟਾਇਰ ਮੈਂ। ਹਾਂ ਅਰੇ ਨਾਲ ਦਾ ਕੋਰ ਹੋਣਾ ਨਹੀਂ, ਇਹ ਨਹੀਂ ਗਾ, ਇਹ ਨਹੀਂ ਗਾ, ਇਹ ਫਲੈਕਸੀਬਲ ਨਹੀਂ ਗਾ, ਫਲੈਕਸੀਬਲ ਹੀ ਕੱਢ ਫਿਰ ਦੋਵੇਂ, ਫਲੈਕਸੀਬਲ ਹੀ ਪਾਉਂਦੇ ਹਾਂ ਆਪਾਂ, ਇਹ ਵੀ ਪੱਕਾ ਹੈ। ਲੱਭ ਗਿਆ, ਲਓ ਵੀ ਮੁੰਡਿਓ ਆਹ ਦੋ ਟਾਇਰ ਪਾਉਂਦੇ ਹਾਂ ਇੱਕ ਵਾਰੀ ਆਪਾਂ ਅਰਜਨ ਨੂੰ। ਆਊਗੀ ਆਊਗੀ ਲੁੱਕ, ਆਊਗੀ ਸਹੀ ਹੋਈ, ਆਊਗੀ ਵੀ ਪੋਜੀਟਿਵ ਸਹੀ ਆਊਗੀ ਨਾ ਲੁੱਕ। ਸਟੀਅਰਿੰਗ ਤੇ ਕੰਮ ਕਰਨਾ ਹੁਣ, ਓਕੇ ਦੀ ਰਿਪੋਰਟ ਆ, ਹੜ 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 ਟਰਾਲਾ ਜਿਹੜਾ ਪਾ ਲਈਏ ਇਹ ਵੱਡਾ ਸਾਈਜ਼ 'ਚ, ਠੀਕ ਹੈ ਆਹ ਜਿਹੜਾ ਆਕੜਾ, ਹਾਂ ਇਹ ਕੱਢਾਂਗੇ ਆਪਾਂ। ਸ਼ੈੱਡ ਵੀ ਪਾਉਣਾ ਯਾਰ ਇੱਥੇ, ਪਲੇਟ ਲਿਆਉਣੀ ਪੈਣੀ ਆਪਾਂ ਨੂੰ। ਨਾ ਉਹ ਪਿਛਲਾ ਪਿਛਲਾ ਜਿੱਥੇ ਖੜਾ ਤੂੰ ਤੇ 3 ਫੁੱਟ, ਹਾਂ ਆਵੇ ਕਿਵੇਂ ਇੱਕ ਦੂਜੇ ਦੇ ਉੱਤੇ ਚੜਾ ਕੇ ਖਿਲਾ ਰਹੇ ਆ ਟਰਾਲੇ। ਆਹ ਟਰਾਲਾ ਕੱਢ ਲੈ, ਆਹ ਜਿਹੜਾ ਉੱਥੇ ਨਾ ਖਿਲਾ ਰਹੀ, ਇੱਥੇ ਲੈ ਅੱਗੇ, ਇੱਥੇ ਸਿੱਧਾ ਟਰਾਲਾ ਪਾ ਦੇ ਮਗਰ, ਹਾਂ ਹੁੱਕ ਹੈਗੀ ਨਾ, ਪਾ ਦੇ ਟਰਾਲਾ ਫਿਰ। ਚਲੋ ਮੁੰਡਿਓ ਸ਼ੂਟ ਕਰ ਲਈਏ ਵੀਡੀਓ ਇੱਕ, ਫਿਰ ਮਿਲਦਾ ਤੁਹਾਨੂੰ, ਦੇਖਦੇ ਹਾਂ ਆਹ ਰੇਟ ਚੜਾਉਂਦਾ ਕਿ ਨਹੀਂ ਟਰੈਕਟਰ ਫੁੱਲ ਭਰਿਆ ਟਰਾਲਾ। ਲਓ ਵੀ ਮੁੰਡਿਓ ਵੀਡੀਓ ਸ਼ੂਟ ਹੋ ਗਈ ਕੰਪਲੀਟ, ਰਸ਼ੀਅਨ ਲਿਆਉਣਾ ਹੀ ਪਿਆ ਟੈਂਕ, ਇਹਦੇ ਬਿਨਾਂ ਨਹੀਂ ਸਰਿਆ। ਅਤੇ ਇਹਨੇ ਆਉਣ 'ਤੇ ਜਿਹੜੇ ਤਮਾਸ਼ੇ ਲਾਏ ਉਹ ਤੁਸੀਂ ਵੇਖਿਓ, ਠੀਕ ਹੈ ਵੀਡੀਓ ਦੇ ਵਿੱਚ ਕਿਆ ਬਾਤਾਂ ਕਰਾ ਦੀਆਂ। ਜੌਨ ਡੀਅਰ ਲਿਆਉਂਦਾ ਸੀ ਆਹ ਜਿਹੜਾ, ਪਰ ਕੋਈ ਜ਼ਿਆਦਾ ਖਾਸ ਨੇ ਕੀਤਾ ਨਹੀਂ, ਕਿਉਂਕਿ ਨਿੱਕੇ ਨਿੱਕੇ ਟਾਇਰ ਨੇ ਵਿਚਾਰੇ ਦੇ, ਅਤੇ ਜ਼ੋਰ ਇੰਨਾ ਜ਼ਿਆਦਾ ਲਾਇਆ ਨਹੀਂ ਰੇਡ 'ਤੇ, ਟਰਾਲੀ 'ਚ ਵਜਨ ਬਹੁਤ ਸੀਗਾ, ਚੜ੍ਹੀ ਨਹੀਂ, ਫਿਰ ਹਾਰ ਕੇ ਉਹਨੂੰ ਸੱਦਣਾ ਪਿਆ। ਅਤੇ ਹੁਣ ਵੀਡੀਓ ਹੋ ਗਈ ਕੰਪਲੀਟ ਸ਼ੂਟਿੰਗ, ਅਤੇ ਰੀਲ ਨਹੀਂ ਬਣਾਈ ਇੱਕ, ਸੋਚਣ ਦਿਆ ਵੀ ਹੁਣ ਇੱਕ ਰੀਲ ਬਣਾ ਲਈਏ, ਅਤੇ ਬਣਾ ਲਈਏ ਫਿਰ, ਚੱਲ ਫਿਰ ਰੀਲ ਬਣਾਉਂਦੇ ਹਾਂ। ਇੱਦਾਂ ਕਰ ਇਹਨੂੰ ਨਾ, ਉਹ ਉੱਥੇ ਹਵੇਲੀ ਤੋਂ ਅੱਗੋਂ ਲਿਆ ਰੇਡ ਤੋਂ ਹੀ, ਬਾਕੀ ਤੁਹਾਨੂੰ ਡੈਮੋ ਰੀਲ 'ਚ ਹੀ ਪਤਾ ਲੱਗ ਜੂਗਾ ਕਿ ਵੀਡੀਓ 'ਚ ਕੀ ਬਣਿਆ ਆਊਗਾ। ਚੱਕੀ ਆਹ ਟਰੈਕਟਰ, ਚੱਕ ਵਜਣ ਬਹੁਤ, ਉੱਤੋਂ ਟੁੱਟ ਜਾਣੀ ਛਿੱਤਰੀ ਥੱਲੋਂ, ਚੱਕ ਟਰਾਲੀ 'ਚ ਕਿੰਨੀ ਨਹੀਂ ਤੇਰੇ ਤੋਂ, ਐਵੇਂ ਰੇਡ ਕੇ ਲੈ ਜਾ, ਖਾਲੀ ਨਹੀਂ ਜੀ ਇਹ, ਧੱਕਾ ਲਾਇਆ ਨਹੀਂ ਜਾਣ ਦੀ ਬੈਗ ਤੇਰੇ ਤੋਂ ਹੱਥ ਨਾਲ, ਰੁਕ ਜਾ। ਚੱਲ ਰਿਵਰਸ ਰਿਵਰਸ ਰਿਵਰਸ, ਬਿਹਾਈਂਡ ਦਾ ਸੀਨ ਆ, ਕੁਛ ਵੀ ਕਰਨਾ ਪੈਂਦਾ ਜੀ ਵੇਖ ਲਓ, ਰਿਵਰਸ ਰਿਵਰਸ ਰਿਵਰਸ, ਬਸ 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 ਇੱਥੇ ਖਿਲਾਰ ਦੇ, ਇੱਥੇ ਖਿਲਾਰ ਦੇ, ਹੋ ਲੈ ਸ਼ੋ ਚੱਕੀ, ਸ਼ੋ ਸੈੱਟ ਕਰਨ ਵਾਲੇ ਆ, ਤਾਰ ਕੱਢਦੇ ਥੱਲੋਂ ਦੀ, ਸਟੀਅਰਿੰਗ ਸੰਭਾਲ ਲਈ ਤੂੰ, ਹਾਂ ਲੈ ਫੜ, ਠੀਕ ਹੈ। ਸ਼ੂਟਿੰਗ ਆਪਾਂ ਉਵੇਂ ਹੀ ਰੀਲ ਮੈਂ ਉਵੇਂ ਸ਼ੂਟ ਕਰਾਂ ਜਿਵੇਂ ਆਪਾਂ ਉੱਥੇ ਸ਼ੂਟ ਕੀਤੀ, ਠੀਕ ਹੈ। ਜਿੱਥੇ ਤੁਹਾਨੂੰ ਲੱਗਾ ਵੀ ਰੁਕਣ ਦਿਆ, ਥੋੜ੍ਹੀ ਜਿਹੀ ਰੇਸ ਦੇ ਦੇਣੀ, ਤਾਂ ਰੇਸ ਦੇਣ ਦੀ ਜ਼ਰੂਰਤ ਨਹੀਂ ਤੈਨੂੰ, ਠੀਕ ਹੈ ਨਾ। ਅਤੇ ਹਨੇਰਾ ਜਿਹਾ ਹੋ ਗਿਆ, ਲਾਈਟਾਂ ਔਨ ਕਰ ਲਈਏ, ਛੇਤੀ ਛੇਤੀ ਰੀਲ ਬਣਾ ਲਈਏ ਇੱਕ। ਤਾਰ ਟੁੱਟ ਜੂ ਇੱਥੇ, ਹੁਣ ਰਿਮੋਟ ਅੜ ਜਾਣਾ, ਸਰਵੋ ਹੀ ਨਹੀਂ ਕੰਮ ਕਰਨੀ, ਬੈਟਰੀ ਡਾਊਨ ਹੋ ਗਈ ਨਹੀਂ, ਬੈਟਰੀ ਡਾਊਨ ਹੋ ਗਈ, ਹੋਵੇ ਹਿੱਸਾ ਵੀ ਲੱਗ ਗਿਆ, ਬੈਟਰੀ ਵੀ ਡਾਊਨ ਹੋ ਗਈ ਹੈ, ਬੈਟਰੀ ਨਾ ਨਾ ਡਾਊਨ ਹੁੰਦੀ ਫਿਰ ਤੇ ਲੈ ਜਾਣਾ ਸੀ ਪੱਟ ਕੇ ਇਹਨੇ। ਚੱਲ ਕੋਈ ਨਹੀਂ ਲਾ ਦੇ, ਪੱਟ ਦੇ ਤਾਰਾਂ ਤੂਰਾਂ ਪੱਟ ਦੇ, ਟਰਾਲੇ 'ਚੋਂ ਮਿੱਟੀ ਕੱਢ ਦੇ, ਇੱਥੇ ਵਾਪਸ ਸੁੱਟ ਦਿੰਦੇ ਹਾਂ, ਠੀਕ ਆ ਮੁੰਡਿਓ। ਸ਼ੂਟ ਹੋ ਗਿਆ ਬਾਹਰ, ਵੀਡੀਓ ਸ਼ੂਟ ਕਰ ਲਈ ਹੈ ਠੀਕ ਠਾਕ ਜੀ, ਹੋ ਗਈ ਸ਼ੂਟ, ਸਮਾਨ ਸਮੂਨ ਲੈ ਕੇ ਚੱਲਦੇ ਹਾਂ, ਉਹ ਟਰੈਕਟਰ ਉੱਧਰ ਵੀ ਖੜ੍ਹਾ ਹੋਇਆ, ਕਿੰਬਲ ਕੁੰਬਲ ਚੱਕ ਦਵਾਂ, ਅੰਦਰ ਚੱਲਦੇ ਹਾਂ, ਅੰਦਰ ਚੱਲ ਕੇ ਅਜੇ ਮੱਥਾ ਮਾਰਨਾ ਉੱਧਰ ਵੀ, ਕੰਪਿਊਟਰ 'ਤੇ ਵੀ ਥੋੜ੍ਹਾ ਜਿਹਾ ਡਿਜ਼ਾਇਨਿੰਗ ਵਾਲਾ ਕੰਮ ਹੈ, ਸਟੀਅਰਿੰਗ ਸਟੂਰਿੰਗ ਦੇਖਦਾ ਮੈਂ, ਹੁਣ ਰਾਤ ਪ੍ਰਿੰਟ ਕਰਨੇ ਲਾ ਦਾਂਗਾ ਫਿਰ, ਤਾਂ ਕਿ ਸਵੇਰ ਤੱਕ ਪ੍ਰਿੰਟ ਹੋ ਜਾਣਗੇ।
ਬਾਕੀ ਚਲੋ ਦੇਖਦੇ ਹਾਂ ਕੀ ਬਣਦਾ। ਤੇ ਲਓ ਵੀ ਮੁੰਡਿਓ ਆ ਗਏ ਆਪਾਂ ਵਾਪਸ, ਆਹ ਦੇਖ ਲਓ ਇੱਥੇ ਆਈਟਮ ਨਾਲ ਚੱਲ ਰਹੀ ਹੈ ਵੀਡੀਓ ਕਾਲ। ਅਤੇ ਆਹ ਵੇਖੋ ਇੱਕ ਹੋਰ ਚੀਜ਼, ਕਾਫੀ ਟਾਈਮ ਬਾਅਦ ਆ ਲਾਈਟਾਂ ਜਿਹੀਆਂ ਜਗਾਈਆਂ ਮੈਂ, 2 ਸਾਲ ਹੋ ਗਏ ਟਾਈ ਲੱਗੀਆਂ ਨੂੰ। ਤੂੰ ਤਾਂ ਨਹੀਂ ਵੇਖੀਆਂ ਗੋਪੀ, ਮੈਂ ਤੈਨੂੰ ਵਿਖਾਉਂਦਾ। ਆ ਜਿਹੜੀਆਂ ਮੈਂ ਕਿਹਾ ਜਗਾਈਏ, ਐਵੇਂ ਲਾ ਛੱਡੀਆਂ ਨੇ। ਇਹ ਲਾਈਟ ਆਪਣੇ ਸੋਲਰ 'ਤੇ ਚੱਲਣ ਦੀਆਂ। ਆਹ ਇੱਥੇ ਬੈਟਰੀ ਪੈਣੇ ਨਾ ਲਾਈਨ 'ਚ, ਵੇਖੋ 4-5 ਇਹਨਾਂ 'ਤੇ ਚੱਲਣ ਦੀਆਂ ਲਾਈਟਾਂ ਸਾਰੀਆਂ। ਕਾਫੀ ਵਧੀਆ ਵੈਸੇ, ਫੁੱਲ ਹਨੇਰਾ ਕਰੀਏ ਫਿਰ ਦੇਖਦੇ ਹਾਂ ਕਿੱਦਾਂ ਦੀਆਂ ਲੱਗਦੀਆਂ। ਫੁੱਲ ਹਨੇਰੇ 'ਚ ਇੱਦਾਂ ਦਾ ਲੁੱਕ ਬਣਦਾ, ਇਹਦਾ ਪਲੇ ਬਟਨ ਬਹੁਤ ਸੋਹਣਾ ਲੱਗਦਾ ਚਮਕਦਾ ਪੂਰੇ ਹਨੇਰੇ ਦੇ ਵਿੱਚ, ਹੈ ਨਾ। ਇਹਦੇ 'ਤੇ ਵੀ ਲਾਉਣੀਆਂ ਸੀ ਲਾਈਟਾਂ, ਪਰ ਨਾ ਇੱਧਰ ਤਾਂ ਵੇਖਦਾ ਹੀ ਨਹੀਂ ਤੁਹਾਨੂੰ। ਆਹ ਵੇਖੋ ਆਹ ਲੱਗਾ ਨਾ ਜਿਹੜਾ ਗੋਲਡਨ, ਇਹਦੇ 'ਤੇ ਲਾਈਟਾਂ ਲਾਉਣੀਆਂ ਸੀ, ਪਰ ਇੱਥੇ ਨਾ ਵਾਇਰਿੰਗ ਦਾ ਕੋਈ ਸਿਸਟਮ ਹੈ ਨਹੀਂ ਸੀਗਾ, ਇਸ ਕਰਕੇ ਫਿਰ ਮੈਂ ਲਾਈਟਾਂ ਲਾਈਆਂ ਹੀ ਨਹੀਂ। ਅੱਗੇ ਦੇਖਾਂਗੇ, ਕਰਦੀ ਹੈ ਚਾਲੂ ਹੁਣ। ਅਤੇ ਲਓ ਵੀ ਮੁੰਡਿਓ ਅੱਜ ਦਾ ਵਲੋਗ ਨਾ ਆਪਾਂ ਇੱਥੇ ਐਂਡ ਕਰਦੇ ਹਾਂ। ਵੈਸੇ ਤਾਂ ਮੇਰਾ ਪਲੈਨ ਸੀਗਾ ਕਿ ਰਾਤ ਤੋਂ ਮੈਂ ਪ੍ਰਿੰਟਰ ਚਲਾਉਂਦਾ ਵਾਂ ਅਤੇ ਦੋਨਾਂ ਟਰੈਕਟਰਾਂ ਦੇ ਫਰੰਟ ਐਕਸਲ ਪ੍ਰਿੰਟ ਕਰਨੇ ਲਾ ਦਿੰਦਾ ਵਾਂ, ਪਰ ਉਹ ਮੈਂ ਪਲੈਨ ਕੈਂਸਲ ਕਰਤਾ। ਮੈਂ ਕਿਹਾ ਕੱਲ੍ਹ ਵੀਡੀਓ ਬਣਾਉਣੀ ਹੈ ਇੱਕ, ਉਹਦੇ ਵਿੱਚ ਪ੍ਰੋਪਰ ਵਿਖਾ ਦਾਂਗਾ ਸਾਰਾ ਪ੍ਰਿੰਟ ਹੁੰਦਾ ਵੀ ਅਤੇ ਜੋ ਵੀ ਆਪਾਂ ਕੰਮ ਕਰਾਂਗੇ, ਠੀਕ ਹੈ। ਅਤੇ ਰਾਤ ਫਿਰ ਹੁਣ ਨਹੀਂ ਕਰਦੇ ਕੋਈ ਵੀ ਕੰਮ, ਬਾਕੀ ਇਹਦੀ ਕਾਲ ਆ ਗਈ ਆ, ਇਹਦੇ ਨਾਲ ਕਰਦੇ ਹਾਂ ਗੱਲ। ਇੱਥੇ ਹੁਣ ਘੰਟਾ ਡੇਢ ਇੱਧਰ ਲੱਗ ਜਾਣਾ, ਉਦੋਂ ਬਾਅਦ ਫਿਰ ਵਲੋਗ ਵੀ ਐਡਿਟ ਕਰਾਂਗਾ ਮੈਂ, ਠੀਕ ਹੈ। ਅਤੇ ਅੱਜ ਦਾ ਵਲੋਗ ਫਿਰ ਆਪਣਾ ਇੱਥੋਂ ਤੱਕ ਸੀਗਾ, ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ। ਜਿਹੜੇ ਵੀਰ ਚੈਨਲ 'ਤੇ ਨਵੇਂ ਨੇ ਸਬਸਕ੍ਰਾਈਬ ਕਰ ਲਿਓ, ਮਿਲਦੇ ਆਪਾਂ ਸਵੇਰੇ ਨਵੇਂ ਵਲੋਗ 'ਚ। ਓਕੇ ਬਾਏ, ਟਾਟਾ।